ਸਸਕਰ ਜੀ ਕੀ ਹਾਲ ਹੈ ਜੀ ਸਾਰਿਆਂ ਦੇ ਆਪਣੇ ਚੈਨਲ ਦਾ ਪਹਿਲਾਂ ਤਾਂ ਵਟਸਐਪ ਨੰਬਰ ਨੋਟ ਕਰੋ ਜੀ ਸਕਰੀਨ ਦੇ ਉੱਤੇ ਲਿਖਿਆ ਰਿਹਾ ਜੇ ਕਿਸੇ ਮੇਰੇ ਵੀਰ ਨੇ ਐਡ ਕਰਾਉਣੀ ਹੈ ਤਾਂ ਇਸੇ ਨੰਬਰ ਤੇ 5-7 ਫੋਟੋਆਂ ਤੇ 2-3 ਮਿੰਟ ਦੀ ਵੀਡੀਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਪਣੇ ਇਸੇ ਨੰਬਰ ਤੇ ਭੇਜ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਤੇ ਕਰ ਦਾਂਗੇ ਜੀ ਤੇ ਇੱਕ ਬੇਨਤੀ ਹੈ ਜੀ ਸਾਰੇ ਵੀਰਾਂ ਨੂੰ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦਿਓ ਤੁਸੀਂ ਐਡ ਵਾਸਤੇ ਤੇ ਜਿਹੜਾ ਉਹਦਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਜੀ ਤੇ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਜੀ ਆਪਣੇ ਕੋਲੇ ਸਵਿਫਟ ਗੱਡੀਆਂ ਪਹੁੰਚੀਆਂ ਨੇ ਇੱਕ ਆਪਣੇ ਕੋਲੇ ਐਲਟੋ ਗੱਡੀਆਂ ਜੀ ਸਭ ਤੋਂ ਪਹਿਲੀ ਗੱਡੀ ਆਪਣੇ ਕੋਲੇ ਡਿਜ਼ਾਇਰ ਬੀਡੀਆਈ ਪਹੁੰਚੀ ਆ 2013 ਮਾਡਲ ਹੈ ਪੀਵੀ ਨੰਬਰ ਹੈ ਜੀ 78000 ਕਿਲੋਮੀਟਰ ਗੱਡੀ ਚੱਲੀ ਆ ਸਾਢੇ 4 ਲੱਖ ਡਿਮਾਂਡ ਹੈ ਪਹਿਲੇ ਓਨਰ ਗੱਡੀ ਆ ਜੀ ਤੇ ਵਧੀਆ ਟਾਇਰਾਂ ਦੀ ਕੰਡੀਸ਼ਨ ਆ ਵਧੀਆ ਅਲਾਈਨਿੰਗ ਅੰਮ੍ਰਿਤਸਰ ਚਾਹ ਗੱਡੀ ਖੜੀ ਹੈ ਤੇ ਮਾਲਕ ਵੀਰ ਦਾ ਨੰਬਰ ਨੋਟ ਕਰੋ ਜੀ 9872806305 ਤੈਨਾਂ ਨੂੰ ਫੋਨ ਕਰਕੇ ਜਾ ਕੇ ਦੇਖ ਕੇ ਇਹ ਡੀਲ ਗੱਡੀ ਦੀ ਕਰ ਸਕਦਾ ਜੀ ਤੇ ਅਗਲੀ ਗੱਡੀ ਵੀ ਤੇ ਆਪਣੇ ਕੋਲੇ ਆਲਟੋ ਪਹੁੰਚਿਆ ਜੀ ਐਲਐਕਐਸਆਈ ਨੋ ਮਾਡਲ ਹੈ ਜੀ ਤਨੋਲੇ ਗੱਡੀ ਆ ਖੜੀ ਹੈ ਕੰਡੀਸ਼ਨ ਵਧੀਆ ਹੈ ਤੇ ਦਿੱਲੀ ਨੰਬਰ ਗੱਡੀ ਹੈ ਜੀ ਤੇ ਰੰਗ ਪੈੜ ਵੀ ਠੀਕ ਪਿਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇ 155000 ਡਿਮਾਂਡ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਨੰਬਰ ਮਾਲਕਬੀਰ ਦਾ ਨੋਟ ਕਰੋ ਜੀ 84278 63099 ਤੇ ਅੱਗੇ ਆਪਾਂ ਹੁਣ ਸਵਿਫਟ ਗੱਡੀ ਦੀ ਗੱਲ ਕਰਾਂਗੇ ਜੀ ਸਵਿਫਟ ਗੱਡੀ ਪਹੁੰਚੀ ਆਪਣੇ ਕੋਲੇ 2007 ਮਾਡਲ ਹੈ ਬੀਡੀਆਈ ਗੱਡੀ ਆ ਜੀ ਡੀਜ਼ਲ ਵਰਜਨ ਤੇ ਹੈ ਤੇ ਫੁੱਲ ਗਾਰੰਟੀ ਹੈ ਜੀ ਐਨਓਸੀ ਮਿਲ ਜੂਗੀ ਤੇ ਦਿੱਲੀ ਨੰਬਰ ਆ ਗੱਡੀ ਆ ਜੀ ਸਾਰੇ ਕਾਗਜ਼ ਪੇਪਰ ਕੰਪਲੀਟ ਨੇ ਸੀਟ ਕਵਰ ਨਵੇਂ ਨੇ ਅਲਾਈਬਲ ਹੋਇਆ ਹੋਇਆ ਤੇ 70% ਤਰਾਂ ਦੀ ਕੰਡੀਸ਼ਨ ਹੈ ਜੀ ਤੇ ਨਵੀਂ ਮੈਟਿੰਗ ਹੋਈ ਹੈ ਜੀ 1 ਲੱਖ ਤੇ 8000 ਕਿਲੋਮੀਟਰ ਗੱਡੀ ਚੱਲੀ ਆ 1 ਲੱਖ 40 ਹਜ਼ਾਰ ਡਿਮਾਂਡ ਹੈ ਅੰਮ੍ਰਿਤਸਰ ਖੜੀ ਹੈ ਜੀ ਗੱਡੀ ਤੇ ਨੰਬਰ ਇਹਨਾਂ ਦਾ ਨੋਟ ਕਰੋ 98154 11422 ਇਹਨਾਂ ਨੂੰ ਫੋਨ ਕਰਕੇ ਜਾ ਕੇ ਦੇਖੀ ਇਹ ਡੀਲ ਗੱਡੀ ਦੀ ਕਰ ਸਕਦਾ ਹਾਂ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਬਟਨ ਦੇ ਨਾਲ ਇੱਕ ਬੈਲ ਆਈਕਨ ਹੂਆ ਉਹਨੂੰ ਜਰੂਰ ਦਬਾ ਦਿਓ ਤੇ ਸ਼ੇਅਰ ਕਰਨ ਨਾਲ ਪੂਰਾ ਸਪੋਰਟ ਕਰਿਆ ਕਰੋ ਜੀ ਤੁਹਾਡੇ ਕਰਕੇ ਵੀਰ ਆਪਣਾ ਚੈਨਲ ਹੈ ਤੇ ਅੱਗੇ ਆਪਾਂ ਹੁਣ 스ਵਿਫਟ BDI ਗੱਡੀ ਦੀ ਗੱਲ ਕਰਾਂਗੇ ਜੀ ਡੀਜ਼ਲ ਤੇ ਗੱਡੀ ਹੈ ਜੀ 2010 ਮਾਡਲ ਹੈ ਟਾਇਰ 90 ਪੈਸੇ ਪਏ ਨੇ 230000 ਡਿਮਾਂਡ ਹੈ ਜੀ ਤੇ ਵਧੀਆ ਗੱਡੀ ਹੈ ਜੀ ਸਿਰਸਾ ਏਰੀਆ ਚ ਤੇ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 74970 94169 ਤੈਨਾਂ ਨੂੰ ਫੋਨ ਕਰਕੇ ਜਾ ਕੇ ਦੇ ਕੇ ਤੇ ਡੀਲ ਗੱਡੀ ਦੀ ਕਰ ਸਕਦਾ ਹਾਂ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਵਧੀਆ ਲੱਗੇ ਬਈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇੱਕ ਗੱਲ ਹੋਰ ਜੀ ਕਿਸੇ ਵੀ ਨੇ ਕੋਈ ਵੀ ਗੱਡੀ ਖਰੀਦਣੀ ਹੁੰਦੀ ਹੈ ਚੈਨਲ ਤੋਂ ਤਾਂ ਫਿਰ ਜਾ ਕੇ ਦੇਖਿਆ ਕਰੋ ਪਹਿਲਾਂ ਤੇ ਮਾਲਕ ਬੀ ਨਾਲ ਪੂਰੀ ਗੱਲਬਾਤ ਕਰਕੇ ਫਿਰ ਗੱਡੀ ਨੂੰ ਖਰੀਦਿਆ ਕਰੋ ਤੇ ਫੋਨ ਤੇ ਡੀਲ ਨਾ ਕਰਿਆ ਕਰੋ ਕੋਈ ਵੀਰ ਪਹਿਲਾਂ ਪੈਸਾ ਪਵਾਉਣ ਨੂੰ ਕਹਿੰਦਾ ਤਾਂ ਪੈਸੇ ਨਾ ਪਵਾਇਆ ਕਰੋ ਜਾ ਕੇ ਦੇਖ ਕੇ ਤਸੱਲੀ ਕਰਕੇ ਫਿਰ ਗੱਡੀ ਦੀ ਡੀਲ ਕਰਿਆ ਕਰੋ ਜੀ ਤੇ ਅੱਜ ਲਈ ਇੰਨੇ ਜੀ ਮਿਲਦੇ ਹਾਂ ਜੀ ਜਲਦੀ ਇਸ ਤਰ੍ਹਾਂ ਦੀ ਕਿ ਨਾਮੀ ਵੀਡੀਓ ਤੇ ਨਾਮੀ ਮਸ਼ੀਨਰੀਆਂ ਦੇ ਨਾਲ ਜੀ ਇਹ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ